ਹਮੇਸ਼ਾ ਯਾਦ ਨਹੀਂ ਨਾ ਮੇਰੀ ਗੇਮ ਖਰਾਬ ਕਰਦੇ ਸੀ। ਮੇਰੀ ਜਿਹੜੀ ਕੁੜੀ ਸੀ ਤੈਨੂੰ ਪਤਾ ਉਹ ਇੰਡੀਅਨ ਆਰਮੀ 'ਚ ਚਲੇ ਜਾਂਦੀ ਸੀ, ਤਾਂ ਤੁਸੀਂ ਯਾਦ ਨੇ ਮੇਰੀ ਕੁੜੀ ਨੂੰ ਦੇਖ ਲਿਆ ਸੀ ਇੰਡੀਆ 'ਤੇ ਰੱਖੇ ਜਾਂਦੇ ਹੋਏ, ਅਤੇ ਉਹ ਮੈਨੂੰ ਬਲੈਕਮੇਲ ਕਰਨ ਲੱਗ ਗਈ। ਮੈਨੂੰ ਕਹਿਣ ਲੱਗਿਆ ਸ਼ਾਇਦ ਹਮੀਦ, ਮੈਨੂੰ ਪਤਾ ਲੱਗ ਗਿਆ ਵੀ ਤੇਰੀ ਭੈਣ ਅਤੇ ਤੇਰੀ ਕੁੜੀ ਫੁੱਦੀ ਮਰਵਾਉਂਦੀ ਹੈ ਏਸ਼ੀਆ ਤੋਂ, ਅਮਰੀਕਾ ਤੋਂ। ਮੈਂ ਕਿਹਾ ਤਾਂ ਬੜਾ ਕੰਮ ਖਰਾਬ ਹੋ ਗਿਆ, ਇਹ ਮੇਰੀ ਕੁੜੀ ਦੀਆਂ ਬਲੂ ਫਿਲਮਾਂ ਬਣਾ ਲਈਆਂ, ਬਲੂ ਫਿਲਮਾਂ ਬਣਾ ਕੇ ਨੇ ਡਿਸਕ ਸਾਰੇ ਪਾਸੇ ਭੇਜ ਦਿੱਤੀ। ਮੈਂ ਆਈਡੀਆ ਚਾਹੀਦਾ ਜਿਹੜਾ ਅਮਿਤ ਭੁੱਲਾ ਨੂੰ ਮਿਲਿਆ। ਮੈਂ ਕਿਹਾ ਗੁੱਲ, ਤੇਰੀ ਮਾਂ ਦੇ ਪੁੱਤੇ 'ਚ ਵੀ ਵੜਦਾ ਸੀ ਕਦੇ ਮਨਮੋਹਨ ਸਿੰਘ ਦਾ ਲੁੱਲ, ਵੀ ਭੈਣ ਜੋ ਸਾਡਾ ਦਾ ਰਾਜ ਖੁੱਲ੍ਹ ਜਾਣਾ, ਜਿੱਦਾਂ ਮੈਂ ਕਿਹਾ ਆਪਣਾ ਕੰਮ ਖਰਾਬ ਹੋ ਜਾਣਾ। ਤਾਂ ਮੈਂ ਅਮਿਤ ਕੁੱਲ ਨੂੰ ਕਿਹਾ ਕਿ ਇਹਦਾ ਨੰਬਰ ਲਾ ਦਿੰਦੀ ਹਾਂ, ਇਹਦੇ ਫੋਟੇ ਚੱਕ ਦਿੰਦੇ ਹਾਂ। ਉਸ ਤੋਂ ਬਾਅਦ ਮੈਂ ਸਲੀਮ ਸ਼ਹਿਜ਼ਾਦ ਨੂੰ ਬੁਲਾਇਆ ਆਪਣੇ ਘਰ, ਮੈਂ ਕਿਹਾ ਆ ਜਾ ਅੱਜ ਮੈਂ ਤੈਨੂੰ ਆਪਣੀ ਪ੍ਰੀਤੀ ਫੁੱਦੀ ਦਵਾਉਣੀ ਆ। ਸਲੀਮ ਸ਼ਹਿਜ਼ਾਦ ਮੇਰੀ ਕੁੜੀ ਦੇ ਫੁੱਦੇ ਦੇ ਸਦਕਾ ਫਿਰ ਇੱਥੇ ਜਦੋਂ ਆਇਆ ਤਾਂ ਮੈਂ ਫਸਾ ਲਿਆ। ਮੈਂ ਪਹਿਲੇ ਹੀ ਤਿਆਰ ਸੀ, ਮੈਂ ਕਿਹਾ ਸਲੀਮ ਜਦੋਂ ਆਊਗਾ ਇਹਦੇ ਮੈਂ ਪਿੱਛੋਂ ਪਿੱਠ 'ਤੇ ਚਾਕੂ ਮਾਰਨਾ, ਕਿਉਂਕਿ ਆਪਾਂ ਪਿੱਠ 'ਤੇ ਚਾਕੂ ਮਾਰੇ ਜਾਂ ਮੁਸਲਮਾਨ ਆਪਾਂ ਅੰਡਰਪੋਕ ਹੋਮ। ਉਸ ਤੋਂ ਬਾਅਦ ਮੈਂ ਕੀ ਇੱਕ ਸਲੀਮ ਨੂੰ ਮਾਰਤਾ, ਜਦੋਂ ਮੈਨੂੰ ਪਤਾ ਸੀ ਵੀ ਹੁਣ ਭੈਣ 'ਚ ਮੇਰੀ ਪੁੰਡ ਪੁੱਟੀ ਜਾਣੀ ਆ। ਸਲੀਮ ਤਾਂ ਥੋੜ੍ਹਾ ਮਰ ਗਿਆ। ਸਲੀਮ ਨੂੰ ਟਿਕਾਣੇ ਲਾਉਣ ਲਈ ਫਿਰ ਮੈਂ ਜਨਰਲ ਕਿਆਨੀ ਨੂੰ ਫੋਨ ਕੀਤਾ। ਮੇਰੇ ਜਨਰਲ ਕਿਆਨੀ ਦੋ ਟਾਈਮ ਭੁੱਲ ਗਿਆ, ਜਦੋਂ ਅਫਗਾਨਿਸਤਾਨ 'ਚ ਤੇਰੀ ਕਰਦੇ ਸੀ ਨਾਨੀ ਤਾਂ ਕਿਆਨੀ ਕਹਿੰਦਾ ਦੱਸੋ ਯਾਰ ਅੰਮੀ ਸਾਹਿਬ ਕੀ ਹੁਕਮਾ। ਮੈਂ ਕਿਹਾ ਵੀ ਇੱਧਰ ਤਾਂ ਮੈਂ ਮੇਰੀ ਕੁੜੀ ਦਾ ਯਾਰ ਸੀ ਇੱਥੇ, ਮੇਰੀ ਕੁੜੀ ਸੀ, ਮੈਂ ਝੂਠੀ ਸਟੋਰੀ ਬਣਾਈ। ਮੈਂ ਕਿਹਾ ਮੇਰੀ ਕੁੜੀ ਦੇ ਪੁੱਤੇ ਦੇ ਵਿੱਚ ਤਲਵਾਰਾਂ ਪਾਉਂਦਾ ਸੀ, ਅਤੇ ਉਹਦੇ ਵਿੱਚ ਉਹ ਹੋਰ ਮੈਂ ਕਿਹਾ AK-47 ਨਾਲ ਸੁਹਣਾ ਪਾਟ ਗਿਆ ਹੋਇਆ ਸੀ, ਅਤੇ ਇੱਕ ਗੋਲੀ ਗਲਤੀ ਨਾਲ ਚੱਲ ਗਈ ਜਿਹਦੇ ਨਾਲ ਸਲੀਮ ਦੀ ਮੌਤ ਹੋ ਗਈ। ਤਾਂ ਕਿਆਨੀ ਕਹਿੰਦਾ ਯਾਰ ਤੂੰ ਤਾਂ ਮੁੰਡੇ ਕਰਵਾ ਤੀ, ਉੱਧਰੋਂ ਪਹਿਲਾਂ ਸੰਮਾ ਦਾ ਪੰਗਾ ਪਿਆ ਹੋਇਆ, ਇੱਕ ਕਰਾਚੀ ਦੇ ਤਾਂ ਉਹਨੂੰ ਪਤਾ ਮੁਸਲਮਾਨ ਕੁੜੀਆਂ ਦੀ ਜਿਹੜੀ ਫੁੱਤੀ ਮਾਰੀ ਹੋਈ ਆ ਉਹਦੇ ਬਾਰੇ ਵੀ ਕਹਿੰਦਾ ਇਨਵੈਸਟੀਗੇਸ਼ਨ ਚੱਲ ਰਹੀ ਆ, ਇੱਧਰੋਂ ਉਹ ਕਹਿੰਦਾ ਤੂੰ ਪੰਗਾ ਪਵਾਤਾ। ਚੱਲ ਤਾਂ ਵੀ ਮੈਂ ਉਹ ਕਿਹਾ, ਮੈਂ ਕਿਹਾ ਯਾਰ ਤੈਨੂੰ ਮੇਰੀ ਗੱਲ ਸੁਣ, ਤੈਨੂੰ ਪਤਾ ਤੂੰ ਮੇਰੀ ਕੁੜੀ ਦੇ ਫੁੱਦੇ 'ਚੋਂ ਕਿੰਨੇ ਪੈਸੇ ਖਾਧੇ। ਮੈਂ ਕਿਹਾ ਭੁੱਲ ਗਈਆਂ ਟਾਈਮ। ਉਹ ਕਹਿੰਦਾ ਚੱਲ ਠੀਕ ਆ ਯਾਰ ਤੂੰ ਕਹਿਗਾ ਤਾਂ ਗਾਂਡੋ ਬੰਦਾ, ਪਰ ਤੇਰੀ ਭੈਣ ਦੇ ਫੁੱਦੇ ਅਸੀਂ ਇੰਨੇ ਪੈਸੇ ਕਮਾਏ ਆ ਕਿ ਅਸੀਂ ਫਿਰ ਤੇਰੀ ਹੈਲਪ ਕਰਨੀ ਪੈਣੀ ਆ। ਤਾਂ ਕਰਕੇ ਫਿਰ ਅਸੀਂ ਸਲੀਮ ਨੂੰ ਮਸਾ ਕਿਤੇ ਟਿਕਾਣੇ ਲਗਾਇਆ। ਸਲੀਮ ਨੂੰ ਟਿਕਾਣੇ ਲਾ ਕੇ ਤਾਂ ਮੇਰੀ ਬੰਦ 'ਚ ਸਾਹ ਆਇਆ। ਹੁਣ ਮੈਂ ਇੰਡੀਆ 'ਤੇ ਜਿੰਨੇ ਮਰਜ਼ੀ ਲੈਣ ਮੇਰੀ ਕੁੜੀ ਲਵੇ, ਹੁਣ ਕੋਈ ਨਹੀਂ, ਬਲੂ ਸਿਟੀ ਵੀ ਮੇਰੇ ਕੋਲ ਹੀ ਆ। ਉਹ ਕਹਿੰਦਾ ਬਲੂ ਸਿਟੀ ਥੋੜ੍ਹੇ ਚਿਰ 'ਚ ਜਦੋਂ ਮੇਰੀ ਕੁੜੀ ਦਾ ਫੁੱਦਾ ਬੁਰਾ ਫਾੜ ਜੂਗਾ, ਮਾਰਕੀਟ 'ਚ ਕੱਟੂਗਾ,